ਗੁਲਾਮ ਫਰੀਦਾ ਇੱਥੇ ਸਭ ਮੁਸਾਫਿਰ ਨਹੀਂ, ਕੋਈ ਅੱਜ ਚੱਲਿਆ ਕੋਈ ਕੱਲ ਚੱਲਿਆ। ਫਿਰ ਹਜ਼ਰਤ ਵਾਰਿਸ ਸ਼ਾਹ ਬੋਲੇ, ਫਰਮਾਤੇ ਅੱਜ ਨੱਚਦੇ ਨੇ ਸਸੀਏ ਮੋਰ ਬਾਗੀ, ਨਾਲੇ ਵਜਨ ਰਬਾਬ ਤੰਬੂਰ ਅੜੀਏ, ਇਹਨਾਂ ਖਾਮ ਖਿਆਲ ਦਿਆਂ ਖੈਮਿਆਂ ਦੀ ਟੁੱਟ ਜਾਣੀ ਇੱਕ ਦਿਨ ਤਨਾਅ ਬੜੀਏ। ਫਿਰ ਮੀਆਂ ਮੁਹੰਮਦ ਬਖਸ਼ ਸਾਹਿਬ ਬੋਲੇ, ਅਫਰਮੰਦ ਨੂੰ ਉਜ਼ਰ ਬਹਾਨਾ ਚੱਲਦਾ ਨਹੀਂ। ਅਦਰੇ ਜੀ ਬੜੇ ਬਹਾਨੇ ਨੇ ਸਾਡੇ ਕੋਲ, ਹੈ ਬੜੇ ਹੀ ਬਹਾਨੇ ਨੇ, ਹੈ ਇਹ ਜਵਾਨੋ ਕੋ ਦਾਵਤ ਦੋ ਨਮਾਜ਼ ਕੀ, ਇਨਕਾ ਇੱਕ ਹੀ ਬਹਾਨਾ, ਨੀ ਕੱਪੜੇ ਨਹੀਂ ਸਾਫ, ਇਹਨੂੰ ਨਹੀਂ ਕੋਣਾ ਮਰੀ ਜਾਣਾ, ਨਾਲ ਹੀ ਅੰਦਰੋਂ ਪੈਂਟ ਬਦਲ ਕੇ ਆ ਜਾਣਗੇ, ਮਸਜਿਦ ਜਾਣਾ ਹੋਏ ਤੇ ਕੱਪੜੇ ਨਹੀਂ ਸਾਫ, ਵੱਡੇ ਨੇ ਉਹਨਾਂ ਕੋਲ ਵੀ ਇੱਕ ਹੀ ਬਹਾਨੇ ਨਹੀਂ। ਉਹ ਆਪ ਸਾਹਿਬ ਨਹੀਂ, ਗੁੱਸਾ ਨਾ ਕਰੀਓ, ਤੁਸੀਂ ਬੋਲ ਵੀ ਲੋਕੋ ਕੰਮ ਤੇ ਨਹੀਂ ਨਾ ਕਰਦੇ ਹੈ, ਤੇ ਵਿਹਲੇ ਹੀ ਹੁੰਦੇ, ਤੁਹਾਨੂੰ ਕੀ ਪਤਾ ਕੰਮ ਵਾਲੇ ਦੀ ਕੀ ਮਸਰੂਫੀ ਹੈ, ਠੀਕ ਹੈ ਅੱਛੀ ਗੱਲ ਹੈ। ਲੇਕਿਨ ਮੀਆਂ ਸਾਹਿਬ ਕਹਿੰਦੇ ਹੈ, ਉਹ ਤੂੰ ਕਿੰਨੀ ਕੁ ਦੇਰ ਹੈ ਬਹਾਨਾ ਲਾਉਣਾ ਹੈ, ਇਹ ਦੱਸ ਇਜ਼ਰਾਈਲ ਅਲੈਹਿ ਸਲਾਮ ਨੇ ਕਿਹੜਾ ਬਹਾਨਾ ਸੋਚਿਆ, ਉਹਨਾਂ ਨੂੰ ਕਿਹੜਾ ਬਹਾਨਾ ਲਾਉਣਾ। ਔਰ ਕਿਬਲਾ ਮੈਂ ਉਸ ਦਿਨ ਖਤਮ ਤੇ ਗਿਆ, ਮੇਰੇ ਪੈਰਾਂ ਤੋਂ ਜ਼ਮੀਨ ਨਿਕਲ ਗਈ, ਉਹ ਬੱਚਾ ਇੱਕ ਨਾ ਤਲਾਵਤ ਪਿਆ ਕਰੇ, ਬੜਾ ਉਹਨੇ ਅੱਛਾ ਕੁਰਾਨ ਸ਼ਰੀਫ ਪੜ੍ਹਿਆ, ਪੁੱਛਿਆ ਕਿਸੇ ਨੂੰ, ਮੈਂ ਜੀ ਇਹ ਕੌਣ ਹੈ, ਇਸ ਮਸਜਿਦ ਦੇ ਇਮਾਮ ਸਾਹਿਬ ਦਾ ਬੇਟਾ। ਫਿਰ ਬੰਦਾ ਕਹਿਣ ਲੱਗਾ, ਨਹੀਂ ਹੈ ਸਰ ਜੀ, ਇਹ ਜਿਸ ਜਵਾਨ ਦੇ ਖਤਮ 'ਤੇ ਆਏ ਹੋਏ ਉਹਦਾ ਹੀ ਵੱਡਾ ਮੁੰਡਾ ਹੈ, 12 ਸਾਲ ਉਮਰ ਹੈ ਜੀ। ਅਦਰ ਜੀ ਮੇਰੇ ਅੰਦਰ ਇੱਕ ਠੰਡ ਜਿਹੀ ਉਤਰੀ, ਮੈਂ ਹੋਏ ਅਦਰ ਜੀ ਸੱਚ ਦੱਸਿਓ, ਜਿਹਦਾ ਮੁੰਡਾ 12 ਸਾਲ ਦਾ ਉਹਦੀ ਕਿੰਨੀ ਕੁ ਉਮਰ ਹੋਏਗੀ, ਇਹੀ ਹੋਏਗੀ ਨਾ 37-38 ਸਾਲ, ਸੱਚ ਦੱਸਿਓ ਸਰ, ਉਹਦਾ ਦਿਲ ਕੀਤਾ ਹੁਣ ਆਪਣਾ 12 ਸਾਲ ਦਾ ਮੁੰਡਾ ਛੱਡ ਕੇ ਜਾਣ 'ਤੇ, ਉਹ ਇਜ਼ਰਾਈਲ ਅਲੈਹਿ ਸਲਾਮ ਨੂੰ ਕਹਿ ਸਕਿਆ ਕਿ ਹਜ਼ਰਤ ਮੇਰਾ ਤਾਂ ਮੁੰਡਾ ਹੀ ਛੋਟਾ ਜੀ, ਤੁਸੀਂ ਕਿੱਥੇ ਆ, ਉਜ਼ਰ ਬਹਾਨਾ ਚੱਲਦਾ ਨਹੀਂ, ਕੋਈ ਬਹਾਨਾ ਤੇਰਾ ਨਹੀਂ ਸੁਣਦਾ, ਮੇਰੀਆਂ ਧੀਆਂ ਜਵਾਨ ਨੇ, ਮੇਰੀ ਦੁਕਾਨ ਖੁੱਲ੍ਹੀ ਹੈ, ਅਸੀਂ ਉਸ ਦਿਨ ਨਾ ਰਾਤ ਨੂੰ ਫੈਸਲਾਬਾਦੂ ਤਕਰੀਰ ਵੀ ਕਰਕੇ ਆਈਏ, ਸਾਡੇ ਨਾਲੂ ਡਾਲਾ ਲੰਘਿਆ 2.5 ਡਾਲਾ, ਅਸੀਂ 110 ਤੇ ਸਾਂ, ਰਾਤ ਦਾ ਟਾਈਮ ਸੀ, ਸਾਡਾ ਖਾਲੀ ਸੀ, ਉਹ ਸਾਡੇ ਕੋਲੋਂ ਲੰਘਿਆ, ਮੇਰਾ ਅੰਦਾਜ਼ਾ ਹੈ ਕਮ ਅਜ਼ ਕਮ 130-140 ਤੇ ਹੋਏਗਾ, ਉੱਤੇ ਨਹੀਂ ਥੱਲੇ ਸਾਂ ਸੀ, ਉੱਤੇ ਦੇ ਤੇ ਗੰਨੇ ਵਾਲਾ ਟਰਾਲਾ ਪਿਆ ਜਾਏ, ਜੋ ਗੰਨੇ ਵਾਲੇ ਟਰਾਲੇ ਨੂੰ ਕ੍ਰਾਸ ਕਰਨ ਲੱਗਾ ਨਾ ਤੇ ਕੀ ਹੋਇਆ, ਟਰਾਲੇ ਦਾ ਟਾਇਰ ਬ੍ਰੈਸਟ ਹੋ ਗਿਆ, ਟਾਇਰ ਬ੍ਰੈਸਟ ਹੋਣ ਦੀ ਵਜ੍ਹਾ ਨਾਲ ਟਰਾਲੀ ਅੱਗੂ ਚੁੱਕੀ ਗਈ ਤੇ ਚੁੱਕ ਕੇ ਨਾ ਇੰਜ ਹੋ ਗਈ, ਉਹ 2.5 ਡਾਲਾ ਨੂੰ ਸਿੱਧਾ ਵੱਜਾ, ਵੱਜ ਕੇ ਤੇ ਉਹ ਇੱਧਰ ਨੂੰ ਹੋ ਗਿਆ, ਅਸੀਂ ਪਿੱਛੇ ਸਾਂਭਰ ਵਾਲੇ ਸੀ, ਬੜੀ ਔਖੀ ਗੱਡੀ ਕੰਟਰੋਲ ਕਰਕੇ ਰੋਕੀ, ਫਟਾਫਟ ਥੱਲੇ ਉੱਤਰੇ, ਤੁਸੀਂ ਜਾ ਕੇ ਵੇਖਿਆ ਨਾ ਤੇ ਉਹ ਹੈਂਡਲ ਉਹਨੇ ਫੜਿਆ ਸੀ, ਅੱਖਾਂ ਉਹਦੀਆਂ ਇੰਜ ਹੀ ਖੁੱਲ੍ਹੀਆਂ ਸੀ, ਲੇਕਿਨ ਹਜ਼ਰਤ ਉਹਦਾ ਪੇਟ ਫੱਟ ਗਿਆ ਸੀ ਸਾਰਾ, ਉਹਦੀ ਡੈਥ, ਉਹਨੂੰ ਸੱਚ ਦੱਸੀ ਹਜ਼ਰਤ, ਘਰੋਂ ਨਿਕਲਦੇ ਹੋ ਕੀ ਆਪਣੇ ਘਰਦਿਆਂ ਨੂੰ ਕਹਿ ਕੇ ਆਇਆ, ਕੱਲ੍ਹ ਇਹ ਵੀ ਕਰਾਂਗੇ, ਮੈਂ ਆਵਾਂਗਾ ਤੇ ਇਹ ਵੀ ਲਿਆਵਾਂਗਾ, ਲੇਕਿਨ ਕੀ ਹੈ, ਜਦੋਂ ਵਕਤ ਆ ਗਿਆ ਉਜ਼ਰ ਬਹਾਨਾ ਚੱਲਦਾ ਨਹੀਂ, ਕੋਈ ਤੇਰੀ ਉਹਨਾਂ ਨੇ ਗੱਲ ਨਹੀਂ ਸੁਣਨੀ ਹੈ, ਮੇਰੀਆਂ ਧੀਆਂ ਜਵਾਨ ਨੇ, ਮੇਰੀ ਦੁਕਾਨ ਖੁੱਲ੍ਹੀ ਹੈ, ਮੈਂ ਲੋਕਾਂ ਕੋਲ ਪੇਮੈਂਟਾਂ ਲੈਣੀਆਂ, ਕੋਈ ਨਹੀਂ ਤੇਰੀ ਸੁਣੀ ਜਾਣੀ, ਉਜ਼ਰ ਬਹਾਨਾ ਚੱਲਦਾ ਨਹੀਂ, ਜੋ ਆਖੇ ਸੋ ਕਰੀਏ, ਡੀਗਰ ਨੂੰ ਜੇ ਟਹਿਣਾ ਹੋਵੇ ਕਾਹਨੂੰ ਲੜ ਲੜ ਮਰੀਏ, ਕਿਹਦੇ ਨਾਲ ਕੁੱਲਦੇ, ਉਹਦੇ ਨਾਲ ਕੋਈ ਜੇ ਕੁੱਲ ਸਕਦਾ, ਬੜੇ ਬੜੇ ਅਸੀਟਾਂ ਦੇ ਵੇਖੇ, ਬੜੇ ਬੜੇ ਅਸੀਟਾਂ ਦੇ ਵੇਖੇ, ਜ਼ੋਰਾਂ ਵਰ ਸੁਥਰਾਣੇ। ਸਿਕੰਦਰ ਹਜ਼ਰਤ ਜੀ ਨੇ 32 ਸਾਲ ਦੀ ਉਮਰ 'ਚ ਹਜ਼ਰਤ ਜੀ 15.5 ਲੱਖ ਮੁਰੱਬਾ ਮੀਲ ਫਤਿਹ ਕੀਤਾ, ਮਰ ਗਿਆ ਹਜ਼ਰਤ ਜੀ, ਲਿਖਿਆ ਸਿਕੰਦਰ ਦੀ ਮਾਂ ਕਬਰਸਤਾਨ ਜਾ ਕੇ ਨਾ ਰੋਈ, ਕਹਿੰਦੀ ਆਏ ਵੇ ਮੇਰਾ ਸਿਕੰਦਰ, ਤੇ ਕੋਲ ਦਾਣਾ ਲੰਘਣ, ਉਹਨੇ ਕਿਹਾ ਕਿਹੜਾ ਸਿਕੰਦਰ ਕਹਿਣ ਡਈ, ਇੱਥੇ ਕਈ ਸਿਕੰਦਰ ਲੇਟੇ ਨੇ, ਤੂੰ ਕਿਹੜੇ ਸਿਕੰਦਰ ਦੀ ਗੱਲ ਕਰ, ਇਸ ਲਈ ਫਿਰ ਲਿਖਾ ਥਾ ਹਜ਼ਰਤ ਅਕਬਰ ਨੇ, ਉਹ ਕਹਤੇ ਜ਼ਮੀਨ ਨੇ ਚਮਨ ਗੁਲ ਖਿਲਾਤੀ ਹੈ ਕਿਆ ਕਿਆ,
बदलता है रंग आसमां कैसे कैसे, ना है कसरे दारा न गौरे सिकंदर, जमीन खा गई आसमां कैसे कैसे।